یا محمود بحق محمد، یا اعلیٰ بحق علی، یا فاطر بحق فاطمہ، یا محسن بحق حسن، یا قدیم الاحسان بحق حسین علیہ السلام، یا رب الحسین بحق الحسین، عشق صدر الحسین بظہور القادر، صلوات کا پڑھنا عظیم عبادت ہے، کافی مجمع باواز بلند صلوات، نعرہ تکبیر، علی دی اللہ دا نام بہت بلند ہے، اونچی آواز نال گواہی دے سو، نعرہ تکبیر، نعرہ رسالت، نعرہ رسالت، دوئے ہاتھ بلند کر کے نجف دیاں دیواراں تک صدا جاوے، خوش کرنا ہی ہوئی
Thank you.
نماز تو بعد دعا کی میدان میں
ਆਲਮ ਖਾਲ ਵਿੱਚ ਕਿਆ ਦਿੱਤਾ ਸੀ ਨਬੀਆਂ ਦਾ ਸੁਲਤਾਨ ਨੇ ਅਮਾਮ ਖੋਲ ਕੇ ਗੱਲ ਚ ਆਇਆ ਹੋਇਆ ਅਤੇ ਅੱਜ ਕਾ ਵਜ੍ਹਾ ਕਿਆ ਹੈ ਮੈਂ ਅੱਜ ਤੱਕ ਇਹ ਕੋਈ ਨਾ ਮਿਲ ਲੇਕਿਨ ਮੈਨੂੰ ਲੋਕ ਮੁਬਾਰਕ ਆ ਦਿੰਦੇ ਨੇ ਬੋਲਾ ਮੈਂ ਅੱਜ ਤੱਕ ਕੋਈ ਨਾ ਮਿਲ ਫਰਮਾਇਆ ਠੀਕ ਹੈ ਤੂੰ ਅੱਜ ਤੱਕ ਕੋਈ ਨਾ ਮਿਲ ਤੈ ਮੇਰੀ ਔਲਾਦ ਚੋਂ ਮੇਰੀ ਧੀ ਨੂੰ 70 ਦਿਰਹਮ ਦਿੱਤੇ ਆ ਮੈਂ ਅੱਲਾਹ ਦੀ ਬਾਰਗਾਹ ਵਿੱਚ ਅਪੀਲ ਕੀਤੀ ਹੈ ਮਾਲਕ ਇਹਨੇ ਸ਼ਕਲ ਨਾਲ ਇੱਕ ਫਰਿਸ਼ਤਾ ਬਣਾ ਜਿਹੜਾ ਕਿਆਮਤ ਤੱਕ ਇਹਦੇ ਨਾਂ ਦਾ ਹੱਜ ਪੜਦਾ ਰਹੇ ਹੁਣ ਮੈਂ ਦੇਖਿਆ ਕਿਹੜਾ ਬੰਦਾ ਹੈ ਜਿਹੜਾ ਅਮੀਰ ਬਣ ਕੇ ਮਦਰਸ ਸ਼ਫੀਰ ਵਿੱਚ ਆਇਆ ਬੈਠੇ ਅੱਲਾਹ ਜਾਣੇ ਕੋਸੇ ਆਜ਼ਾਦੀ ਮੁਹੰਮਦ ਦੀ 8ਵੀਂ ਪੋਸਟ ਅੱਲਾਹ ਜਾਣੇ ਬਾਅਦ ਨੇ ਪੋਸਟ ਚੋਂ ਆਈ ਹਾਈ ਤਾਂ ਬਾਅਦ ਦੀਆਂ ਪੁਸ਼ਤਾਂ ਚੋਂ ਮੈਂ ਇਹ ਕੋਈ ਸਵਾਲ ਕਰੇਨਾ ਅੱਲਾਹ ਜਾਣੇ ਨਬੀਆਂ ਦੇ ਸੁਲਤਾਨ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਉਮਲੇ ਕਿਵੇਂ ਬਰਦਾਸ਼ਤ ਹੋਇਆ ਕਬਰ ਦੀ ਮਿੱਟੀ ਖੁਸ਼ਕ ਨਹੀਂ ਹੋਈ ਬਤੂਲ ਸਵਾਲ ਹੈ ਸੰਜੇ ਕਰਵਟ ਬਦਲ ਸਕਦੇ
میرے دل قبر مصطفیٰ دی زیارت دا شوق ہے. چادر کوئی نہ یادی چادر دیو میں علی دی بدی
बीबी दिया ना ये हज़ार पहले खाना खा
ਸੋਹਣੇ ਦਾ ਕਲਾਮ ਹੈ ਇਨਸ਼ਾਅੱਲਾਹ। ਅੱਜ ਪਹਿਲੇ ਮਜਲਿਸ ਸਾਹਿਬ ਕਿਉਂਕਿ ਹੋਣੀ ਹੈ ਤੇ ਕੱਲ ਇਨਸ਼ਾਅੱਲਾਹ ਬਾਰਾਂ